ਬੈਂਕ ਆਫ ਕੈਨੇਡਾ ਨੂੰ ਲੈ ਕੇ ਸਿਆਸਤਦਾਨਾਂ ਵੱਲੋਂ ਲਗਾਤਾਰ ਆਲੋਚਨਾਵਾਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੈਲਮ ਵੱਲੋਂ ਇੱਕ ਬਿਆਨ ਦਿੱਤਾ ਗਿਆ ਜੀਚੋਂ ਨਾਲ ਸਿੱਧੇ ਰੂਪ ਦੇ ਵਿੱਚ ਕਿਹਾ ਕਿ ਬੈਂਕ ਦੀ ਸੁਤੰਤਰਤਾ ਨੂੰ ਕੋਈ ਖਤਰਾ ਨਹੀਂ ਹੈ ਸਿਆਸਤਦਾਨਾਂ ਵੱਲੋਂ ਆਲੋਚਨਾਵਾਂ ਦੇ ਬਾਵਜੂਦ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੈਲਮ ਦਾ ਕਹਿੰਦੇ ਹਨ ਕਿ ਉਹਨਾਂ ਨੂੰ ਬੈਂਕ ਦੀ ਸੁਤੰਤਰਤਾ ਬਾਰੇ ਕੋਈ ਖਤਰਾ ਮਹਿਸੂਸ ਨਹੀਂ ਹੁੰਦਾ ਬੁੱਧਵਾਰ ਨੂੰ ਕੈਨੇਡੀਅਨ ਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ 'ਚ ਮਕੱਲਮ ਨੇ ਕਿਹਾ ਕਿ ਬੈਂਕ ਦੀ ਸੁਤੰਤਰਤਾ ਖਤਰੇ ਵਿੱਚ ਹੋਣ ਬਾਰੇ ਮੈਨੂੰ ਕੋਈ ਚਿੰਤਾ ਨਹੀਂ ਹੈ ਪਿਛਲੇ 1 ਸਾਲ ਦੌਰਾਨ ਕੋਵਿਡ-19 ਮਹਾਮਾਰੀ ਦੇ ਸਮੇਂ 'ਚ ਅਪਣਾਈਆਂ ਨੀਤੀਆਂ ਅਤੇ ਰਿਕਾਰਡ ਤੋੜ ਮਹਿੰਗਾਈ ਉੱਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮਾਂ ਨੂੰ ਲੈ ਕੇ ਬੈਂਕ ਆਫ ਕੈਨੇਡਾ ਤੇ ਸਵਾਲ ਉੱਠ ਰਹੇ ਨੇ ਮਕੱਲਮ ਨੇ ਕਿਹਾ ਕਿ ਲੋਕਾਂ ਨੂੰ ਸਖਤ ਸਵਾਲ ਪੁੱਛਣੇ ਵੀ ਚਾਹੀਦੇ ਨੇ ਪਰ ਉਹਨਾਂ ਨੂੰ ادارے ਦੀ ਸੁਤੰਤਰਤਾ ਦੇ ਸਬੰਧ ਵਿੱਚ ਕੋਈ ਖਦਸ਼ਾ ਜਾਂ ਚਿੰਤਾ ਨਹੀਂ ਹੈ ਮਾਰਚ ਤੋਂ ਬਾਅਦ ਕੇਂਦਰੀ ਬੈਂਕ ਲਗਾਤਾਰ 6 ਵਾਰੀ ਵਿਆਜ ਦਰ ਚ ਵਾਧਾ ਕਰ ਚੁੱਕਾ ਹੈ ਕੈਨੇਡਾ ਦੇ ਇਤਿਹਾਸ ਚ ਇੰਨੇ ਵੱਡੇ ਵਕਫੇ ਵਿੱਚ ਪਹਿਲੀ ਵਾਰੀ ਵਿਆਜ ਦਰਾਂ ਨੂੰ ਵਧਾਇਆ ਗਿਆ ਹੈ ਕੈਨੇਡਾ ਵਿੱਚ ਮਹਿੰਗਾਈ ਦਰ ਦੇ ਪਿਛਲੇ 4 ਦਹਾਕਿਆਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚਣ ਕਰਕੇ ਬੈਂਕ ਵੱਲੋਂ ਵਿਆਜ ਦਰਾਂ ਵਧਾਉਣ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਸਤੰਬਰ ਮਹੀਨੇ ਮਹਿੰਗਾਈ ਦਰ 6.9 ਫੀਸਦੀ ਦਰਜ ਹੋਈ ਹੈ ਜਦਕਿ ਜੂਨ ਵਿੱਚ 8.1 ਫੀਸਦੀ ਦੇ ਰਿਕਾਰਡ ਪੱਧਰ ਉੱਤੇ ਪਹੁੰਚਣ ਤੋਂ ਬਾਅਦ ਮਹਿੰਗਾਈ ਦਰ ਨਿਰੰਤਰ ਨੀਚੇ ਵੱਲ ਆ ਰਹੀ ਹੈ 1 ਅਕਤੂਬਰ ਨੂੰ ਫੈਡਰਲ ਐਨ ਡੀ ਪੀ ਲੀਡਰ ਜਗਮੀਰ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਭਾਵੇਂ ਉਹ ਬੈਂਕ ਆਫ ਕੈਨੇਡਾ ਦੀ ਸੁਤੰਤਰਤਾ ਦਾ ਸਮਰਥਨ ਕਰਦੇ ਨੇ ਪਰ ਵਿਆਜ ਦਰ ਵਿੱਚ ਇੱਕ ਹੋਰ ਵਾਧਾ ਲੋਕਾਂ ਦੇ ਗੰਭੀਰ ਪ੍ਰਭਾਵ ਪਾ ਸਕਦਾ ਹੈ ਪੱਤਰਬਾਰੇ ਰਿਪੋਰਟਰਾਂ ਵੱਲੋਂ ਸਵਾਲ ਪੁੱਛੇ ਜਾਣ ਉੱਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸਵੀਕਾਰਿਆ ਸੀ ਕਿ ਕੈਨੇਡੀਅਨਜ਼ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਪਰ ਉਹਨਾਂ ਕਿਹਾ ਸੀ ਕਿ ਚੁਣੌਤੀਪੂਰਨ ਆਰਥਿਕ ਸਮਿਆਂ ਦੌਰਾਨ ਸੁਤੰਤਰਤਾ ਇਸ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਜਗਮੀਤ ਸਿੰਘ ਦੇ ਪੱਤਰ ਭੇਜਣ ਤੋਂ ਅਗਲੇ ਦਿਨ ਹੀ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਧਾ ਕੇ 3.75% ਕਰ ਦਿੱਤੀਆਂ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ